ਜੇਕਰ ਤੁਹਾਨੂੰ ਸਾਡਾ ਇਹ ਕੀਤਾ ਹੋਇਆ ਉਪਰਾਲਾ ਪਤੰਤੇ ਸੀ ਵਾਲਾ ਜੇਕਰ ਬਹੁਤ ਵਧੀਆ ਲੱਗਦਾ ਪਿਆ ਤੇ ਪਲੀਜ਼ ਸਾਡੀ ਵੀਡੀਓਸ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਇਟਲੀ ਵਿੱਚ ਜਿੰਨੇ ਵੀ ਮੇਰੇ ਭੈਣ ਭਰਾ ਰਹਿੰਦੇ ਪਨੇ ਜਿਹੜੇ ਪਤੰਤੇ ਸੀ ਕਰਨਾ ਚਾਹੁੰਦੇ ਨੇ ਉਹ ਆਰਾਮ ਨਾਲ ਆਪਣੇ ਘਰੇ ਬੈਠੇ ਹੀ ਪਤੰਤੇ ਬਿਧੀ ਤਿਆਰੀ ਕਰ ਸਕਣ ਸੋ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪਤੰਤੇ ਸੀ ਦੀ ਆਪਣੀ ਜਿਹੜੀ ਤਿਆਰੀ ਆ ਉਹ ਬਹੁਤ ਵਧੀਆ ਚੱਲਦੀ ਪਈ ਆ ਤੇ ਅੱਜ ਤੱਕ ਆਪਾਂ ਆਪਣੇ 7ਵੇਂ ਚੈਪਟਰ ਨੂੰ ਸ਼ੁਰੂ ਕਰ ਚੁੱਕੇ ਹਾਂ ਤੇ ਤੁਹਾਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਆਪ ਵੀ ਇਹਨਾਂ ਦੀ ਆਰਗੂਮੈਂਟੀ ਕਰਕੇ ਜਰੂਰ ਚੈੱਕ ਕਰਿਆ ਕਰੋ ਵੀ ਤੁਹਾਡੇ ਤੁਸੀਂ ਕਿ ਤੇ ਜੇਕਰ ਆਰਗੂਮੈਂਟੀ ਕਰਨਾ ਚਾਹੁੰਦੇ ਸਾਡੀ ਐਪਲੀਕੇਸ਼ਨ ਅਵੇਲੇਬਲ ਆ ਪਲੇ ਸਟੋਰ ਤੇ ਪਤਿੰਤੇ ਚੀਨ ਪੰਜਾਬੀ ਸਰਚ ਕਰ ਸਕਦੇ ਤੁਸੀਂ ਤੇ ਉਸ ਐਪਲੀਕੇਸ਼ਨ ਡਾਊਨਲੋਡ ਕਰਕੇ ਆਪਣੇ ਆਰਗੂਮੈਂਟੀ ਦੀ ਤਿਆਰੀ ਕਰੇ ਬੈਠੇ ਫ੍ਰੀ ਵਿੱਚ ਕਰ ਸਕਦੇ ਹੋ ਸੋ ਚਲੋ ਜੀ ਸ਼ੁਰੂ ਕਰਦੇ ਆਪਨੇ ਅੱਜ ਦੇ ਲੈਕਚਰ ਨੂੰ 194 ਨੰਬਰ ਪੇਜ ਇਫੈਤੀ ਦਲੋ ਸਬਲਸੋ ਟੂਨ ਵਹੀਕਲੋ ਸੁ ਲਾਗੂ ਈਫੈਕਟ ਅਸਰ ਕੀ ਹੋਏਗਾ ਇਕਸਬਲਸੋ ਦਾ ਗੱਡੀ ਉੱਤੇ ਜਿਹੜੀ ਆਪਾਂ ਚਲਾ ਰਹੇ ਹਾਂ ਠੀਕ ਹੈ ਗੱਡੀ ਦੀ ਡਰਾਈਵਿੰਗ ਉੱਤੇ ਕੀ ਅਸਰ ਹੋਏਗਾ ਉਹਦਾ Ecco, non c'è un per di pagine, ma adesso vediamo. I conducenti che si mettono alla guida di un mezzo pesante devono tenere presente che, generalmente, tali veicoli presentano sbalzi notevoli. Se so, adesso vediamo che il driver che si mettono alla guida di un mezzo pesante, che si mettono alla guida di un mezzo pesante, che si mettono alla di un o nella rotta Anrachnacida tenere presente che generalmente che ha tali veicoli presentano sbalzi notevoli o una volta che si hanno sbalzi con dei bot, si hanno sbalzi di aperture e paracadute, che è vero, ma di angle sfalte. Su un veicolo dotato di sbalzi notevoli, nell'affrontare una rapida salita o un forte dislivello stradale, occorre conoscere l'angolo massimo di attacco che si può affrontare. ਕਹਿੰਦਾ ਗੱਡੀਆਂ ਜਿਹੜੀਆਂ ਬਹੁਤ ਜ਼ਿਆਦਾ ਬਾਹਰ ਨੂੰ ਆਈਆਂ ਹੁੰਦੀਆਂ ਨੇ ਨੁੱਤੇਵਲੀ ਹੁੰਦਾ ਬਹੁਤ ਜ਼ਿਆਦਾ ਠੀਕ ਹੈ ਨੈਲ ਅਫਰੁੰਤਾਰੇ ਉਨਾਰਾਪੀਡਾ ਸਾਲੀਤਾ ਮਤਲਬ ਕਿ ਇੱਕ ਤੇਜ਼ ਚੜਾਈ ਨੂੰ ਚੜਦੇ ਹੋਏ ਜਾਂ ਕਈ ਉਹਦਾ ਫੇਸ ਕਰਦੇ ਹੋ ਉਹਨੂੰ ਸਾਹਮਣਾ ਕਰਦੇ ਹੋਏ ਉਹ ਉਨ ਫੋਰ ਤੇ ਦਿਸ ਲੈਵੈਲੋ ਸਤਰਾਦਲੇ ਵੀ ਜਦੋਂ ਸੜਕ ਉਬੜ ਖਬੜ ਹੋਵੇ ਦਿਸ ਲੈਵਲ ਦੀ ਹੋਵੇ ਇੱਕ ਲੈਵਲ ਦੀ ਨਾ ਹੋਵੇ ਠੀਕ ਹੈ ਜੀ ਫੋਰ ਤੇ ਹੁੰਦਾ ਤੇਜ਼ ਇੱਕ ਤਰ੍ਹਾਂ ਦਾ ਕਹਿੰਦੇ ਨੇ ਵੀ ਤੇਜ਼ ਦਿਸ ਲੈਵਲ ਵੀ ਬਹੁਤ ਜ਼ਿਆਦਾ ਦਿਸ ਲੈਵਲ ਹੋਵੇ ਸੜਕ ਦਾ ਉਹ ਕੋਰੇ ਕੋਨੋ ਸ਼ਰੇ ਵੀ ਆਪਾਂ ਨੂੰ ਜਾਣਨਾ ਜ਼ਰੂਰੀ ਆ ਆਪਾਂ ਨੂੰ ਸਮਝਣਾ ਜ਼ਰੂਰੀ ਆ ਲੰਗਲੋ ਮੈਕਸਿਮੋ ਦੀ ਅਟੈਕੋ ਕਿਸੀਪੋ ਆਫਰੋਂਟਾਰੇ ਆਪਾਂ ਨੂੰ ਅੰਗਲੋ ਮੈਕਸਿਮੋ ਦੀ ਅਟੈਕੋ ਬਾਰੇ ਜਾਣਨਾ ਚਾਹੀਦਾ ਹੈ ਕਿ ਕਿਸੀਪੋ ਆਫਰੋਂਟਾਰੇ ਜਿਨ੍ਹਾਂ ਨੂੰ ਆਪਾਂ ਫੇਸ ਕਰ ਸਕਦੇ ਹਾਂ ਹੁਣ ਅੰਗਲੋ ਮੈਕਸਿਮੋ ਦੀ ਅਟੈਕੋ ਹੁੰਦਾ ਕੀ ਇਹਦੇ ਬਾਰੇ ਆਪਾਂ ਦੇਖ ਲੈਨੇ ਇੱਕ ਵਾਰ ਤੁਹਾਨੂੰ ਦਿਖਾ ਦੇਣਾ ਕੀ ਹੁੰਦਾ ਠੀਕ ਹੈ ਜੀ ਸੋ ਇਹਨੂੰ ਕਿਹਾ ਜਾਂਦਾ ਅੰਗਲੋ ਦੀ ਅਟੈਕੋ ਜਿੱਥੋਂ ਆਪਾਂ ਫੇਸ ਕਰਨਾ ਹੈ ਜਿੱਥੋਂ ਆਪਾਂ ਅਟੈਕ ਕਰਨਾ ਹੈ ਇੱਕ ਹੈ ਗੱਡੀ ਇਹਨੂੰ ਵੱਡੀ ਗੱਡੀ ਵੀ ਤੁਸੀਂ ਸਮਝ ਸਕਦੇ ਹੋ ਛੋਟੀ ਗੱਡੀ ਵੀ ਸਮਝ ਸਕਦੇ ਹੋ ਜਦੋਂ ਤੁਸੀਂ ਲਾਣਾ ਚਾਹੁੰਦੇ ਲਾ ਸਕਦੇ ਹੋ ਅੰਗਲੋ ਦੀ ਅਟੈਕੋ ਜਿੱਥੋਂ ਤੁਸੀਂ ਅੰਗਲੋ ਦੀ ਉਸ਼ੀਤਾ ਉਸ਼ੀਤਾ ਹੋਏਗਾ ਜਿੱਥੋਂ ਆਪਾਂ ਨਿਕਲਨੇ ਪਿਆ ਠੀਕ ਹੈ ਮਤਲਬ ਕਿ ਹੁਣ ਇਹ ਵਾਲੀ ਚੀਜ਼ ਦਾ ਆਪਾਂ ਧਿਆਨ ਰੱਖਣਾ ਵੀ ਇਹ ਚੀਜ਼ ਕਿਸੇ ਪਾਸੇ ਲੱਗੇ ਨਾ ਤੇ ਜਦੋਂ ਉਸ਼ੀਤਾ ਕਰਨ ਲੱਗੇ ਉਹਦੋਂ ਆਪਾਂ ਨੂੰ ਇਹ ਚੀਜ਼ ਦਾ ਧਿਆਨ ਰੱਖਣਾ ਵੀ ਇਹ ਚੀਜ਼ ਨਾ ਲੱਗੇ ਠੀਕ ਹੈ ਜੇਕਰ ਇੱਕੋ ਦਮ ਇੱਥੇ 200 ਸ਼ੁਰੂ ਹੋ ਗਿਆ ਤੇ ਗੱਡੀ ਦਾ ਸਭ ਤੋਂ ਪਹਿਲਾ ਹਿੱਸਾ ਤੇ ਥੱਲੇ ਹੀ ਰਹੇਗਾ ਨਾ ਉਸ ਤੋਂ ਬਾਅਦ ਹੀ ਟਾਇਰ ਜਦੋਂ ਅੱਗੇ ਜਾਏਗਾ ਉਸ ਤੋਂ ਬਾਅਦ ਇਹ ਹਿੱਸਾ ਉੱਠੇਗਾ ਸੋ ਇਸ ਕਰਕੇ ਇਹਨੂੰ ਕਿਹਾ ਜਾਂਦਾ ਅੰਗਲੋ ਦੀ ਤਾਕੋ ਤੇ ਆ ਹੁੰਦਾ ਅੰਗਲੋ ਦੀ ਉਸ਼ੀਤਾ ਜਦੋਂ ਆਪਾਂ ਐਗਜ਼ਿਟ ਕਰਦੇ ਹਾਂ ਠੀਕ ਹੈ ਸੂਨ ਵੇਹਿਕਲੋ ਦੋਟਾਟੋ ਦੀਸਬਾਲਸੀ ਨੋਟੇਵੋਲੀ nel affrontare una salita o un dislivello stradale occorre moderare la velocità ਜਦੋਂ ਤੁਸੀਂ ਫੇਸ ਕਰਨ ਦੇ ਇੱਕ ਚੜਾਈ ਨੂੰ ਤੇ ਜਾਂ ਇੱਕ ਡਿਸਲਿਵੈਲੋ ਸਟ੍ਰਾਡਾਲੇ ਨੂੰ ਮਤਲਬ ਇੱਕ ਸੜਕ ਐਸੀ ਜਿੰਦੇ ਤੇ ਲੈਵਲ ਇੱਕੋ ਨਹੀਂ ਹੈਗਾ ਤੁਹਾਨੂੰ ਸਪੀਡ ਨੂੰ ਘਟਾ ਲੈਣਾ ਚਾਹੀਦਾ ਸੈੱਟ ਕਰ ਲੈਣਾ ਚਾਹੀਦਾ ਠੀਕ ਹੈ ਸੋ ਵੇਰੋ occorre conoscere l'angolo massimo di uscita che si può affrontare ਉੱਤੇ ਆਪਾਂ ਕੀ ਦੀ ਗੱਲ ਕੀਤੀ ਸੀ ਅਤਾਕੋ ਦੀ

ਇੱਕ ਮੋਟਰ ਗੱਡੀ ਲੋਜ਼ ਬਾਲਸੋ ਅੰਤਰੀਓਰੇ ਅਗਲੀ ਸਾਈਡ ਵਾਲਾ ਜਿਹੜਾ ਜ਼ਬਾਲਸੋ ਹੁੰਦਾ ਉਹ ਚੁੜਾਈ ਨੂੰ ਵਧਾ ਦਿੰਦਾ ਔਮੈਂਟਾ ਲ ਲਾਰਗੇਜ਼ਾ ਚੁੜਾਈ ਨੂੰ ਵਧਾ ਦਿੰਦਾ ਦੈ ਲਫਾਸ਼ਾ ਦੀਂਗੋਮbro ਫਾਸ਼ਾ ਦੀਂਗੋਮbro ਬਾਰੇ ਆਪਾਂ ਅੱਗੇ ਜਾ ਕੇ ਪੜਾਂਗੇ ਠੀਕ ਹੈ ਹੁਣ ਅਗਲਾ ਪੇਜ ਆਪਣਾ ਆਈਆ ਫਾਸ਼ਾ ਦੀਂਗੋਮbro ਬਾਰੇ ਉਹ ਤੁਹਾਨੂੰ ਡਿਟੇਲ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਠੀਕ ਹੈ ਜਿਸ ਵਾਈ ਬੇਰੋ ਸੋ un veicolo dotato di sbalzi notevoli aumenta la difficoltà a mantenere la corretta traiettoria in curva o nelle svolte ਗੱਡੀਆਂ ਜਿੰਨਾਂ ਵਿੱਚ ਜ਼ਬਾਲਸੀ ਬਹੁਤ ਜ਼ਿਆਦਾ ਹੁੰਦੀ ਹੈ ਵੱਧ ਜਾਂਦੀ ਹੈ ਡਿਫਿਕਲਟੀ ਰੱਖਣ ਵਿੱਚ கரੈਕਟ ਆਪਣੇ ਰਸਤੇ ਨੂੰ ਮੋੜਾਂ ਤੇ ਜਾਂ ਜਦੋਂ ਆਪਾਂ ਮੁੜਨ ਲੱਗੇ ਆ ਸੱਜੇ ਖੱਬੇ ਮੁੜਨ ਲੱਗੇ ਆ ਠੀਕ ਹੈ ਜੀ ਸੋਇ ਦੇ ਵਿੱਚ ਕਹਿੰਦਾ ਪਿਆ ਕਿ ਵੀ ਜੇਕਰ ਜ਼ਬਾਲਸੀ ਬਹੁਤ ਜ਼ਿਆਦਾ ਹੋਏਗੀ ਤੇ ਓਖਾ ਹੋ ਜਾਂਦਾ ਡਿਫਿਕਲਟ ਹੋ ਜਾਂਦਾ ਬਣਾਏ ਰੱਖਣਾ ਓਖਾ ਹੋ ਜਾਂਦਾ ਮੋੜਾਂ ਤੇ ਤੇ ਜ਼ੁਲਤਾਰੇ ਕਰਦੇ ਹੋਏ ਠੀਕ ਹੈ ਸੋ ਇਹ ਵੀ ਬੀਰੋ Se si effettua una svolta con un veicolo dotato di sbalzi notevoli occorre tenere presente che con le estremità anteriore o posteriore del veicolo si potrebbe invadere il marciapiede Jeekar kenda tusi ik zolta karan deyo mudan deyo gaddi nal jide vich bahut zyada zbalsi hunda tano dimagh vich agal rakhni chahidi hai kull estremita anteriore posteriore dal veicolo ਗੱਡੀ ਦਾ ਬਹੁਤ ਜ਼ਿਆਦਾ ਬਾਰ ਨੂੰ ਆਣਾ ਵੀ ਉਹਦੇ ਜਿਹੜੇ ਕਿਨਾਰੇ ਹੁੰਦੇ ਨੇ ਅਗਲੇ ਵਾਲੇ ਤੇ ਪਿਛਲੇ ਵਾਲੇ ਗੱਡੀ ਦੇ ਸਿਪੋਤਰੇਬੇ ਇਨਵਾਦੇਰੇ ਇਲ ਮਾਰਚਾਪੀਏ ਉਹ ਮਾਰਚਾਪੀਏ ਦੇ ਨੂੰ ਇਨਵਾਦਾਰੇ ਕਰ ਸਕਦਾ ਮਤਲਬ ਕਿ ਉਹਦੇ ਉੱਤੇ ਚੜ ਸਕਦਾ ਠੀਕ ਐ ਇਦਾਂ ਕਹਿ ਸਕਦੇ ਆ ਜੇ ਜਿਹੜਾ ਆਪਣਾ ਜ਼ਵਾਲਸੀ ਅੰਤਰੀਓਰੀਆ ਪੋਸਤਰੀਓਰੀ ਜਿਹੜਾ ਵੀ ਹੈਗਾ ਜੇਕਰ ਉਹ ਬਹੁਤ ਜ਼ਿਆਦਾ ਹੈ ਫਿਰ ਆਪਣੇ ਜਿਹੜੇ ਕਿਨਾਰੇ ਨੇ ਉਹ ਮਾਰਚਾਪੀਏ ਦੇ ਉੱਤੇ ਚੜ ਸਕਦੇ ਨੇ ਠੀਕ ਹੈ ਜੀ ਸੋ ਇਹ ਧਿਆਨ ਰੱਖਿਓ ਬੇਰੋ occorre tenere presente che con le estremità anteriore e posteriore del veicolo si potrebbero urtare pedoni ਉਹ ਸਾਈਕਲਿਸਟ ਇਨ ਟਰਾਂਜ਼ੀਟੋ nelle vicinanze ਜੇਕਰ ਤੁਹਾਡੇ ਜਿਹੜੇ ਕਿਨਾਰੇ ਨੇ ਅੱਗੇ ਵਾਲੇ ਜਾਂ ਪਿੱਛੇ ਵਾਲੇ ਗੱਡੀ ਦੇ ਸੀ ਪੁੱਤਰੈਬੇਰੋ ਉਰਤਾਰੇ ਉਰਤਾਰੇ ਹੁੰਦਾ ਟੱਕਰ ਮਾਰਨਾ ਟੱਕਰ ਮਾਰ ਸਕਦੇ ਹੋ ਪੈਦਲ ਚੱਲਣ ਵਾਲੇ ਨੇ ਜਾਂ ਕਿਸੇ ਸਾਈਕਲਿਸਟ ਨੂੰ ਜਿਹੜਾ ਸਾਈਕਲ ਚਲਾਣ ਡਿਆ ਇਨ ਵਿੱਚ ਇਨਾਂਸ ਹੈ ਤੁਹਾਡੇ ਨੇੜੇ ਠੀਕ ਹੈ ਜੀ ਸੋ ਕਹਿੰਦਾ ਉਹਨਾਂ ਨੂੰ ਵੀ ਤੁਸੀਂ ਟੱਕਰ ਮਾਰ ਸਕਦੇ ਦੇਣਾ ਸੋ ਇਸ ਗੱਲ ਦਾ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਉਹ ਕੋਰੇ ਤੇ ਨੇਰੇ ਪ੍ਰੈਜ਼ੈਂਤੇ ਠੀਕ ਹੈ ਧਿਆਨ ਰੱਖਣਾ ਇਸ ਗੱਲ ਦਾ ਸੋ ਐਵੇਰੋ ਇਲ ਕੋਂਡੂਚੈਂਤੇ ਅਲਾ ਗੁਇਦਾ ਡੀ ਉਨ ਮੈਜ਼ੋ ਪੇਸਾਂਤੇ ਦੇਵੇ ਤਨੇਰੇ ਪ੍ਰੈਜ਼ੈਂਤੇ ਕੇ ਜਨਰ ਤਾਲੀ ਵਹੀਕੂਲੀ ਪ੍ਰੇਜ਼ੈਂਟੋਨੋ ਜ਼ਬਾਲਸੀ ਨੋਟੇਵੋਲੀ ਅੰਤਰੀਓਰਮੈਂਤੇ ਮਾ ਨੋਨ ਪੋਸਟਰੀਓਰਮੈਂਤੇ ਕਹਿੰਦਾ ਗੱਡੀ ਜਿਹੜਾ ਜਿਹੜਾ ਡਰਾਈਵਰ ਭਾਰੀ ਭਾਰੀ ਗੱਡੀ ਨੂੰ ਚਲਾ ਰਿਹਾ ਉਹਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਆਮ ਤੌਰ ਤੇ ਤਾਲੀ ਵਹੀਕੂਲੀ ਪ੍ਰੇਜ਼ੈਂਟੋਨੋ ਜ਼ਬਾਲਸੀ ਨੋਟੇਵੋਲੀ ਇਸ ਗੱਡੀਆਂ ਵਿੱਚ ਜ਼ਬਾਲਸੀ ਬਹੁਤ ਜ਼ਿਆਦਾ ਹੁੰਦਾ ਅਗਲੇ ਵਾਲੇ ਹਿੱਸੇ 'ਚ ਪਰ ਪਿੱਛੇ ਵਾਲੇ ਹਿੱਸੇ 'ਚ ਜ਼ਬਾਲਸੀ ਨਹੀਂ ਹੁੰਦਾ ਸੋ ਫਾਲਸੋ ਅੱਗੇ ਪਿੱਛੇ ਦੋਨੋਂ ਪਾਸੇ ਹੁੰਦਾ ਜ਼ਬਾਲਸੀ ਜ਼ਬਾਲਸੀ ਆਪਾਂ ਵੇਖੇਟ ਹੈ ਫੋਟੋ ਵਿੱਚ ਮੈਂ ਤੁਹਾਨੂੰ ਬਾਰ ਬਾਰ ਯਾਦ ਕਰਾਉਣਾ ਪਿਆ Quando si ha la guida di un mezzo pesante dotato di sbalzi importanti non si possono percorrere strada dove sono presenti dossi artificiali Kenda jadon tusi ek gaddi ch pari gaddi chalande jinna vich sbalzi lagge ne jehde ki important de non possono percorrere strada be tusi sadak te nahi chal sakde asi sadak te nahi chal sakde jithe dossi artificial ne dossi artificiali hunde ne apne jinna nu ap speed breaker kehnde han india vich theek hai ਉਹਨਾਂ ਨੂੰ ਕਹਿੰਦੇ ਨੇ ਦੋਸੀ ਆਰਟੀਫੀ 40 ਸੋ ਇਹ ਫਾਲਸੋ ਹੋ ਜਾਂਦਾ ਐਸੀ ਕੋਈ ਗੱਲ ਨਹੀਂ ਹੈਗੀ ਲਿਸਬਾਲਸੀ ਦੀ ਕੁਈ ਸੋਨੋ ਦੋਟਾਤੀ ਇਵੇਕੁਲੀ ਪੇਸਾਂਤੀ ਸੋਨੋ ਤਰਾਲਤ੍ਰੋ ਪ੍ਰੇਵਿਸਤੀ ਪਰ ਫਾਸੀਲਿਟਾਰੇ ਲੇ ਮਾਨੋਵਰੇ ਦੀ ਪਾਰਕੇਜੋ ਕਹਾਂ ਜਿਹੜੇ ਜ਼ਬਾਲਸੀ ਹੁੰਦੇ ਨੇ ਦੀ ਕੁਈ ਸੋਨੋ ਦੋਟਾਤੀ ਜਿੰਨਾਂ ਵਿੱਚ ਜਿਹੜੀ ਗੱਡੀ ਵਿੱਚ ਲੱਗ ਭਾਰੀ ਗੱਡੀਆਂ ਵਿੱਚ ਲੱਗੇ ਹੁੰਦੇ ਨੇ ਸੋਨੋ ਤਰਾਲਤ੍ਰੋ ਪ੍ਰੇਵਿਸਤੀ ਪਰ ਫਾਸੀਲਿਟਾਰੇ ਉਹ ਆਸਾਨੀ ਬਣਾਉਣ ਲਈ ਹੁੰਦੇ ਨੇ ਪਰਕੇਜੋ ਕਰਨ ਲਈ ਠੀਕ ਹੈ ਸੋ ਫਾਲਸੋ ਐਸਾ ਵੀ ਕੁਝ ਨਹੀਂ ਹੈਗਾ ਲੀ ਆਉਤੋਬਸ ਉਰਬਾਨੀ non possono avere sbalzi superiori a 10 cm per non rischiare di urtare i pedoni sul marciapiede. ਕਹਿੰਦਾ ਬੱਸਾਂ ਵਿੱਚ ਜਿਹੜੀ ਪਿੰਡਾਂ ਵਾਲੀ ਬੱਸਾਂ ਹੁੰਦੀਆਂ ਨੇ non possono avere ਉਹਨਾਂ ਵਿੱਚ ਨਹੀਂ ਹੋ ਸਕਦਾ ਸਬਾਲਸੀ ਸੁਪੀਰੀਓਰੇ ਜਿਹੜੀ ਸਬਾਲਸੀ ਨੇ ਉਹ ਨਹੀਂ ਹੋ ਸਕਦੇ ਜਿਆਦਾ 10 ਸੈਂਟੀਮੀਟਰ ਤੋਂ ਠੀਕ ਹੈ 10 ਸੈਂਟੀਮੀਟਰ ਤੋਂ ਜ਼ਿਆਦਾ ਸਬਾਲਸੀ ਨਹੀਂ ਹੋ ਸਕਦੇ ਨਾ ਅੱਗੇ ਨਾ ਪਿੱਛੇ ਕਿਉਂਕਿ ਕਹਿੰਦਾ ਇਹਦੇ ਨਾਲ ਰਿਸਕ ਪੈਦਾ ਹੁੰਦਾ ਟੱਕਰ ਮਾਰਨ ਦਾ ਪੈਦਲ ਚੱਲਣ ਵਾਲਿਆਂ ਨੂੰ ਮਰਚਾ ਪੀ ਰਹੇ ਤੇ ਸੋ ਫਾਲਸੋ ਐਸਾ ਵੀ ਕੁਝ ਨਹੀਂ ਹੈਗਾ ਗੱਡੀ ਦੇ ਹਾਲਾਤ ਤੇ ਡਿਪੈਂਡ ਕਰੇਗਾ ਬੰਦਾਸ ਬਾਲਸੀ ਕਿੰਨਾ ਹੋਏਗਾ ਅਲੱਗ-ਅਲੱਗ ਗੱਡੀ ਦਾ ਅਲੱਗ-ਅਲੱਗ ਹੁੰਦਾ ਇਹ ਵਹੀਕੁਲੀ ਪ੍ਰਜਾਂਤੀ ਕੇ ਅਨੁਸਬਾਲਸੀ ਸੁਪੀਰੀਓਰੇ ਆ 40 ਸੈਂਟੀਮੀਟਰੀ ਦੇਵੋਨੋ ਐਸਰੇ ਦੀ ਨੋਰਮਾ ਦੋਟਾਤੀ ਦੀ 1 ਸਪੇਕਿਓ ਰੈਟਰੋਵਿਸੋਰੇ ਸੁਪਲੀਮੈਂਟਾਰੇ ਪਾਰੀ ਗੱਡੀਆਂ ਜਿਨ੍ਹਾਂ ਵਿੱਚ ਅਨੁਸਬਾਲਸੀ ਬਹੁਤ ਜ਼ਿਆਦਾ ਹੈ 40 ਸੈਂਟੀਮੀਟਰ ਤੋਂ ਜ਼ਿਆਦਾ ਹੈ devo essere di norma hanno secondo la legge deve avere uno specchio retrovisore extra un retrovisore extra deve essere so falso non possono avere di norma i발zi di lunghezza superiore ai 40 cm kenda non possono avere nahi ho sakde kanun de hisab nal zabaasi jinna di lambai zyada hoegi 40 cm ton theek hai ji so falso aisa vi kuch nahi hega ਲਿਸਬਾਲਸੀ ਸੋ ਨੋ ਵਿਏਟਾਤੀ ਸੁੱਲੀ ਆਟੋਬਸ ਐਕਸਟਰੋਰਬਾਨੀ ਪਰਕੇ ਨੇ ਕੋਂਪਰੋਮੈਟੋਨੋ ਲਾ ਤੈਨੂਤਾ ਦੀ ਸਟਰਾ ਕੰਦਸਬਾਲਸੀ ਮਨਾਹੀ ਆ ਬਸਾਂ ਵਿੱਚ ਐਕਸਟਰੋਬਾਨੀ ਵਾਲੀ ਬਸਾਂ ਤੇ ਇਹਨਾਂ ਨੂੰ ਮਨਾਹੀ ਆ ਪਰਕੇ ਕਿਉਂਕਿ ਨਿੰਗ ਕੋਂਪਰੋਮੈਟੋਨੋ ਲਾ ਤੈਨੂਤਾ ਦੀ ਸਟਰਾ ਕਿਉਂਕਿ ਉਹਨਾਂ ਦੀ ਸੜਕ ਦੀ ਜਿਹੜੀ ਪਕੜ ਹੁੰਦੀ ਹੈ ਉਹ ਕੱਟ ਹੋ ਜਾਂਦੀ ਹੈ ਸੋ ਫਾਲਸੋ ਐਸਾ ਵੀ ਕੁਝ ਨਹੀਂ ਹੈਗਾ ਠੀਕ ਹੈ ਸੋ 149 ਨੰਬਰ ਪੇਜ ਆਪਣਾ ਕੰਪਲੀਟ ਹੋ ਚੁੱਕਿਆ ਵਧਦੇ ਅੱਗੇ 150 ਨੰਬਰ ਪੇਜ ਆ ਜੀ 150 ਤੇ ਦਾ ਟਾਈਟਲ ਨਾਮ ਪੜ੍ਹਦੇ ਨੇ ਇਹਦਾ ਫਾਸ਼ਾਦੀਂ ਗੋਂਬਰੋ ਭਾਗ ਪਹਿਲਾ ਇਸ ਤੋਂ ਬਾਅਦ ਇਹਦਾ ਇੱਕ ਹੋਰ ਭਾਗ ਆਏਗਾ ਸੋ ਦੇਖ ਲੈਣਾ ਫਾਸ਼ਾਦੀਂ ਗੋਂਬਰੋ ਹੁੰਦਾ ਕੀ ਆ ਸੋ ਜੇ ਇਹ ਹੁੰਦਾ ਆਪਣਾ ਫਾਸ਼ਾਦੀਂ ਗੋਂਬਰੋ ਇਹ ਹੋ ਗਿਆ ਪੂਰਾ ਆਪਣਾ ਕਰੋਨਾ ਕਰੋਨਾ ਚਿਰਕੂ ਲਾਰੇ ਠੀਕ ਹੈ ਜਿਹੜਾ ਆਪਣਾ ਸਫਰ ਵਾਲੀ ਜਗ੍ਹਾ ਉਹਨੂੰ ਕਹਿੰਨੇ ਪਿਆ ਉਸ ਤੋਂ ਬਾਅਦ ਇਹ ਆਪਣੀ ਗੱਡੀ ਆ ਟੋਟਲ ਤੇ ਜਿਹੜਾ 2.50 ਮਤਲਬ 12.50 ਮੀਟਰ ਜਿਹੜੀ ਦੂਰੀ ਦੱਸੀ ਗਈ ਆ ਇਹ ਹੁੰਦੀ ਆਪਣੀ ਰਾਜੋ ਇਸਟੈਰ ਨੂੰ ਇਹ 12.50 ਜਿਹੜੀ ਹੁੰਦੀ ਹੈ ਆਪਣੇ ਹੁੰਦੀ ਰਾਜੋ ਇਸਟੈਰ ਨੂੰ 5.30 ਮੀਟਰ ਦੀ ਆਪਣੀ ਹੋਏਗੀ ਰਜੋ ਇੰਤੈਰ ਨੂੰ ਤੇ ਇਹ ਹੋ ਗਿਆ ਆਪਣੀ ਟੋਟਲ ਜਿਹੜੀ ਆਪਣੀ ਇੰਗੋਮੇਰੋ ਜਿਹੜੀ ਆ ਠੀਕ ਹੈ ਸੋ ਇਹਦੇ ਵੇਖ ਲੈਂਦੇ ਆ ਕਿ ਹਿਸਾਬ ਤਾਬੇ ਸਵਾਲ ਦਾ ਵੱਧਦੇ ਆ ਪਹਿਲੇ ਸਵਾਲ ਤੇ ਇਸ ਪੇਜ ਦੇ ਲਾ ਫਾਸ਼ਾ ਦੀ ਇੰਗੋਮੇਰੋ ਦੀ ਉਨ ਵੇਇਕੋਲੋ ਐ ਲਾ ਕਰੋਨਾ ਸਰਕੂਲਾਰੇ ਓਕੁਪਾਤਾ ਦੈਲ ਵੇਇਕੋਲੋ ਸਤੇਸੋ ਕਵਾਂਡੋ ਪਰਕੋਰਰੇ ਉਨਾ ਕੁਰਵਾ ਕੌਨ ਇਲ ਮਿਨੀਮੋ ਰਾਜੋ ਪੋਸੀਬਿਲੇ ਦੀ ਸਟਰਜ਼ਾਤਾ ਕਹਿੰਦਾ ਫਾਸ਼ਾ ਦੀ ਇੰਗੋਮੇਰੋ ਜਿਹੜਾ ਹੁੰਦਾ ਇੱਕ ਗੱਡੀ ਦਾ ਜਿਹੜਾ ਕਿ ਹੁੰਦਾ ਕਰੋਨਾ ਸਰਕੂਲਾਰੇ ਤੇ ਜਿਹੜਾ ਮੈਂ ਤੁਹਾਨੂੰ ਦਿਖਾ ਕੇ ਟੇ ਜਿਹੜਾ ਰ occupata busy ਕੀਤਾ ਜਾਂਦਾ ਗੱਡੀ ਵੱਲੋਂ ਉਸੇ ਗੱਡੀ ਵੱਲੋਂ ਠੀਕ ਹੈ ਮਤਲਬ ਕਿ ਗੱਡੀ ਵੱਲੋਂ ਖੁਦ ਹੀ ਆਪਣੀ ਜੜੀ ਰਿਕਾਉਟ ਪੈਦਾ ਕੀਤੀ ਜਾਂਦੀ ਹੈ ਉਹਦੇ ਬਾਰੇ ਦੱਸਦਾ ਪਿਆ ਜਦੋਂ percorrere una curva ਜਦੋਂ ਇੱਕ ਮੋੜ ਤੇ ਸਫ਼ਰ ਕਰਦਾ ਪਿਆ ਕੋਨ ਮਿਨੀਮੋ ਰਾਜੋ ਪੋਸੀਬਿਲੇ ਦੀਸਟਰਜ਼ਾਤਾ ਸੋਚਿਓ ਧਿਆਨ ਰੱਖਿਓ ਮਿਨੀਮੋ ਰਾਜੋ ਹੁੰਦਾ ਹੈ ਵੀ ਜਦੋਂ ਆਪਾਂ ਹੈਂਡਲ ਨੂੰ ਪੂਰਾ ਮੋੜ ਦਿੰਨੇ ਆ ਪੂਰਾ ਇੱਕ ਸਾਈਡ ਤੋਂ ਮੋੜ ਦਿੰਨਾ ਉਹਨੂੰ ਕਹਿੰਦੇ ਆ ਮਿਨੀਮੋ ਰਾਜੋ ਪੋਸੀਬਿਲੇ ਦੀਸਟਰਜ਼ਾਤਾ ਸਟਰਸਾਤਾ ਆਪਣਾ ਹੁੰਦਾ ਜਿਹੜਾ ਆਪਾਂ ਹੈਂਡਲ ਮੋੜਨੇ ਪਏ ਜਾਂ ਜਿਹਨੂੰ ਕਹਿ ਸਕਦੇ ਆਪਾਂ ਜਿਹੜੀ ਘਟਾਈ ਕਰਨੇ ਪਏ ਉਹਦੇ ਬਾਰੇ ਕਹ le dimensioni della fascia d'ingombro di un veicolo non sono indicate nella carta di circolazione size fascia d'ingombro de gaddi de ohna nu indicate nahi kita janda karta di circolazione de utte gaddi di jeri libretto hundi hai ode utte aisa kuch vi jeri hai mizure hunde ne jida da size hunda apne fascia d'ingombro da gaddi da ode bare kuch vi nahi dassa hunda theek hai ji so è vero va veicolo deve rispettare determinati limiti di raggio fissati dalle norme ਕਹਿੰਦਾ ਗੱਡੀ ਨੂੰ ਰਿਸਪੈਕਟ ਕਰਨੀ ਪੈਣੀ ਆ ਪਾਲਣਾ ਕਰਨੀ ਪੈਣੀ ਜਿਹੜੀ ਲਿਮਿਟ ਸੈੱਟ ਕੀਤੀ ਗਈ ਹੈ ਰਾਜੋ ਦੀ ਹੁਣ ਰਾਜੋ ਕੀ ਹੁੰਦਾ ਰਾਜੋ ਹੁੰਦਾ ਆਪਣਾ ਰੇਡੀਅਸ ਜਾਂ ਜਿਹਨੂੰ ਕਹਿ ਸਕਦੇ ਆ ਆਪਣਾ ਐਂਗਲ ਠੀਕ ਹੈ ਸੋ ਉਹਨਾਂ ਦੀ ਕਹਿੰਦਾ ਭਈ ਜਿਹੜੀ ਲਿਮਿਟ ਹੋਏਗੀ ਉਹਦੀ ਜਿਹੜੀ ਫਿਕਸ ਕੀਤੀ ਗਈ ਹੈ ਕਾਨੂੰਨ ਦੇ ਹਿਸਾਬ ਨਾਲ ਉਹਦੀ ਹੀ ਆਪਾਂ ਪਾਲਣਾ ਕਰਨੀ ਆ ਉਹਦੀ ਆਪਾਂ ਰਿਸਪੈਕਟ ਕਰਨੀ ਆ ਸੋ ਐਵੇਰੋਾ ਉਨ ਵੇਕਲੋ ਦੇਵੇ ਅਵੇਰੇ ਇਲ ਰਾਜੋ ਐਸਟਰਨੋ ਨੋਨ ਸੁਪੇਰੀਓਰੇ ਆ ਦੋ ਦੀ ਚੀ ਪੁਨਟ 50 ਮੀਟਰੀ ਗੱਡੀ ਦੀ ਐਸਟਰਨੋ 12.50 ਮੀਟਰ ਤੋਂ ਜ਼ਿਆਦਾ ਨਹੀਂ ਹੋ ਸਕਦੀ ਐਕਸਟਰਨਲ ਵਾਲੀ ਤਾਂ ਉਹ ਰਾਜ ਦਿਖਾ ਕੇ ਤਾਂ ਐਸੀ ਕੀ ਹੁੰਦਾ ਫੋਟੋ ਵਿੱਚ ਸੋ ਹੁਣ ਇੰਟਰਨਲ ਦੀ ਗੱਲ ਕਰਦਾ ਪਹਿਲੇ ਸਵਾਲ 'ਚ ਇੰਟਰਨਲ ਕਿੰਨੀ ਹੋਣੀ ਚਾਹੀਦੀ ਆ 5.3 ਮੀਟਰ ਤੋਂ ਠੀਕ ਹੈ ਸੁਪੀਰੀਅਰੀ ਹੋਣੀ ਚਾਹੀਦੀ ਹੈ ਤੇ ਧਿਆਨ ਰੱਖਿਓ ਮਤਲਬ ਕਿ ਗੱਡੀ ਦੀ ਜਿਹੜੀ ਇੰਟਰਨਲ ਜਿਹੜੀ ਰਾਜ ਹੋਏਗੀ ਉਹ 5.3 ਮੀਟਰ ਤੋਂ ਜ਼ਿਆਦਾ ਹੋ ਸਕਦੀ ਹੈ ਤੇ 12.50 ਮੀਟਰ ਤੋਂ ਜ਼ਿਆਦਾ ਨਹੀਂ ਹੋ ਸਕਦੀ ਐਕਸਟਰਨਲ ਠੀਕ ਹੈ ਬਾਹਰਲੀ ਰਾਜੋ ਸੋ ਐਵੇਰੋ Ogni veicolo amatore o complesso di veicoli compreso il relativo carico deve potersi inserire in una crona circolare di raggio esterno 12.50 metri e raggio interno 5.30 metri. Ogni veicolo amatore Har e Gardia e complesso di veicoli ke total hondiri, amalake, compreso il relativo carico manvi, karke, deve potersi inserire in una crona circolare. Deve potersi citta जा सकदा इन सेरे इन उना कोरोना सर्कुलारे दि रaggio esterno मतलब के ए भी वड़ सकदे हैं एंटर कर सकदे हैं एक कोरोना सर्कुलारे विच जिदी राज जो एस्तेर नु 12.5 मीटर होएगी ते राज जो इंटरनो 5.30 मीटर होएगी हो ठीक है जी इन्नी होनी चाहिए ताही एंटर हो सकदे आपा ठीक है सो हैविरो बदे अगले सवाल ते सो अगला भी सेम ही है इथे लिखता है deve potersi iscrivere in una corona circolare larga 5.30 metri e di raggio interno pari a 7.20 ਮੀਟਰ ਹੁਣ ਇੱਥੇ ਵੀ ਸੇਮ ਹੋਈ ਦੱਸਦਾ ਪਿਆ ਇੱਕ ਹਰ ਇੱਕ ਮੋਟਰ ਗੱਡੀ ਜਾਂ ਕੰਪਲੈਕਸੋ ਦੀ ਵਹੀ ਕੁਲੀ ਮਤਲਬ ਟੋਟਲ ਜਿਹੜੀ ਗੱਡੀ ਹੁੰਦੀ ਆ ਦੇਖ ਪੋ ਤੇਰ ਸੀ ਉਹ ਐਂਟਰ ਕਰ ਸਕਦੀ ਆ ਇੱਕ ਕਰੋਨਾ ਚਿਰਕੁਲਾਰੇ ਵਿੱਚ ਜਿਹਦੀ ਚੌੜਾਈ ਲਾਰਗਾ ਲਿਖਤਾ ਇਹਨੇ ਇੱਥੇ ਜਿਹਦੀ ਚੌੜਾਈ 5.30 ਮੀਟਰ ਹੋਏਗੀ ਸੋ ਇਥੋਂ ਆਗੇ ਫਾਲਸੋ ਹੋਏ ਨਾ ਕਿਉਂਕਿ ਚੌੜਾਈ ਦੀ ਗੱਲ ਨਹੀਂ ਹੋਈ ਰਾਜੋ ਇੰਟਰਨੋ ਤੇ ਰਾਜੋ ਐਸਟਰਨੋ ਦੀ ਗੱਲ ਹੋਈ ਆ ਤੇ ਇੰਨੇ 7.20 ਮੀਟਰ ਨੂੰ ਕੀ ਬਣਾਤਾ ਹੈ ਰਾਜੋ ਇੰਟਰਨੋ ਜਦ ਕਿ ਉਹ ਕੀ ਆ ਆਪਣਾ ਫਾਸ਼ਾ ਦੀ ਗੋਮਬਰੋ ਠੀਕ ਹੈ ਸੋ ਇਹ ਫਾਲਸੋ ਹੋ ਜਾਂਦਾ La fascia d'ingombro di un veicolo figura sempre nella carta di circolazione. Quando la fascia di ingombro è falsa, la carta di circolazione è falsa e deve essere indicata con la civiltà. Se è falsa, si può vedere che un veicolo diminuisce con l'aumentare dell'angolo di sterzata. Se si vede che 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 si ਠੀਕ ਹੈ ਜੀ ਵਿਧਾਨ ਨਾਲ ਇਹ ਘਟ ਜਾਂਦਾ ਹੈ ਫਾਲਸ ਹੋ ਐਸਾ ਕੁਝ ਵੀ ਨਹੀਂ ਹੈਗਾ ਅਗਲਾ ਕੁਨ ਲੌਮੇਂਟਾਰੇ ਡੈਲਾ ਸੂਆ ਲੁੰਗੇਟਜ਼ਾ ਜੇਕਰ ਲੰਬਾਈ ਵਧਾ ਦਾਂਗੇ ਗੱਡੀ ਦੀ ਜੇਕਰ ਲੰਬਾਈ ਵਧਾ ਦਾਂਗੇ ਤੇ ਫਿਰ ਕਹਿੰਦਾ ਇਹ ਘਟ ਜਾਏਗਾ ਫਾਲਸ ਹੋ ਐਸਾ ਫਿਰ ਵੀ ਨਹੀਂ ਹੈਗਾ ਕਹਿੰਦਾ ਫਾਸ਼ਾ ਨਿੰਗੋਮਬਰ ਜਿਹੜਾ ਵੱਧ ਜਾਏਗਾ ਕੁਨ ਲੌਮੇਂਟਾਰੇ ਡੈਲਾ ਸੂਆ ਮਾਸਾ ਜੇਕਰ ਉਹਦਾ ਵਜ਼ਨ ਵਧਾ ਦਾਂਗੇ ਤੇ ਫਿਰ ਫਾਸ਼ਾ ਨਿੰਗੋਮਬਰ ਵੀ ਵੱਧ ਜਾਏਗਾ ਫਾਲਸ ਹੋ ਐਸਾ ਵੀ ਨਹੀਂ ਹੈਗਾ ਦੇਵੇ ਪੋਤੇਰਸੀ ਇਨਸਕ੍ਰੀਵਰੇ ਇਨ ਊਨਾ ਕੋਰੋਨਾ ਚਿਰਕੂਲਾਰੇ ਲਾਰਗਾ 5.20 m e raggio esterno pari a 16.50 m. So falso è che in una larga, tu hai detto punch point V, cioè punch point T teocchia, raggio interno. È che so è falso? Gli autobus e gli autocarri, a differenza dagli altri veicoli, devono potersi inscrivere in una corona circolare larga 8.20 m e di raggio interno pari a 630 m. So falso è falso è che ਪੁੱਠੇ ਮਜ਼ੂਰੇ ਨਹੀਂ ਲਿਖੇ ਹੋਏ ਨੇ ਐਸੇ ਮਜ਼ੂਰੇ ਫਾਲਸ ਹੋਈ ਨੇ ਠੀਕ ਹੈ ਸੋ 150 ਕੰਪਲੀਟ ਵੱਧਦੇ ਆਗੇ 151 ਨੰਬਰ ਪੇਜ ਆਪਣਾ ਸੋ ਇੱਥੇ ਭਾਗ ਦੂਸਰਾ ਇਹਦਾ ਵੱਧਦੇ ਆ ਪਹਿਲੇ ਸਵਾਲ ਤੇ la fascia d'ingombro è la corona circolare che il veicolo occupa sul piano stradale nell'effettuare una curva o una svolta ਕਿੰਦਾ ਫਾਸ਼ਾ ਦਿੰਗੋਮbro ਕੀ ਹੁੰਦਾ ਤੇ ਵਾਰ ਦੱਸਦਾ ਪਿਆ ਜਦੋਂ ਆਪਾਂ ਕਰੋਨਾ ਸਰਕੂਲਾਰੇ ਕਰਦੇ ਹੁੰਨੇ ਆ ਮਤਲਬ ਕਿ ਬਿਲਕੁਲ ਗੋਲ ਕਲਾਈ ਹੁੰਦੀ ਹੈ ਆਪਣੀ ਜਦੋਂ ਗੋਲ ਕਟਾਈ ਹੁੰਦੀ ਹੈ ਗੱਡੀ ਓਕੂਪਾ ਗੱਡੀ ਜਿਹੜੀ ਬਿਜ਼ੀ ਕਰਦੀ ਪਈ ਆ ਸੁਲਪਿਆਨੋਸਟਰਦਾਲੇ ਮਤਲਬ ਕਿ ਇੱਕ ਸੜਕ ਦੇ ਲੈਵਲ ਉੱਤੇ ਜਦੋਂ ਗੱਡੀ ਬਿਜ਼ੀ ਕਰਦੀ ਪਈ ਆ ਸੜਕ ਨੂੰ ਨੇ ਲੇਫੇਤੁਆਰੇ ਮਤਲਬ ਕਿ ਕਰਦੇ ਹੋਏ ਇੱਕ ਮੋੜ ਨੂੰ ਮੁੜਦੇ ਹੋਏ ਜਾਂ ਇੱਕ ਜ਼ਵਲਤਾਰੇ ਕਰਦੇ ਹੋਏ ਸੋ ਠੀਕ ਹੈ ਜੀ ਇਹ ਵੀ ਵੇਰ ਹੋ ਗਿਆ ਕਿਉਂਕਿ ਮੁੜਦੇ ਹੋਏ ਜਾਂ ਕਿਸੇ ਮੋੜ ਨੂੰ ਮੁੜਦੇ ਹੋਏ ਜਾਂ ਕਿ ਜ ਸੱਜੇ ਖੱਬੇ ਮੁੜਦੇ ਹੋਏ ਜ਼ਵਲਤਾਰੇ ਕਰਦੇ ਹੋਏ ਫਾਸ਼ਾ ਰਿੰਗੋਮਬ੍ਰੋ ਉਹ ਹੁੰਦਾ ਜਦੋਂ ਗੱਡੀ ਜਿਹੜੇ ਰਸਤੇ ਨੂੰ ਗੱਡੀ ਓਕੂਪਾਈ ਕਰਦੀ ਆ ਠੀਕ ਹੈ ਜੀ ਬਿਜ਼ੀ ਕਰਦੀ ਆ ਸੋ ਵੇਰੋ ਸੋ ਅਗਲਾ ਸਵਾਲ ਕੀ ਕਹਿੰਦਾ ਲ ਫਾਸ਼ਾ ਦਿੰਗੋਮਬ੍ਰੋ ਸਿਰਿ ਦੁਚੇ ਸੇ ਇਲ ਵੇਇਕੂਲੋ ਐ ਦੋਟਾਟੋ ਦੀ ਐਸੇ ਆਉਟੋਸਟ੍ਰੇਚਾਂਤੇ ਪੋਸਟੇਰੀਓਰੇ ਕਹਿੰਦਾ ਜੇਕਰ ਗੱਡੀ ਦੇ ਪਿੱਛੇ ਵਾਲੇ ਜਿਹੜੇ ਐਕਸਲ ਹੁੰਦੇ ਨੇ ਪੋਸਟੇਰੀਓਰੇ ਜਿਹੜੇ ਐਕਸਲ ਨੇ ਉਹ ਜੇਕਰ ਆਉਟੋਸਟ੍ਰੇਚਾਂਤੇ ਨੇ ਵੀ ਆਟੋਮੈਟਿਕਲੀ ਆਪਣੇ ਮੋੜਨ ਵਾਲੇ ਨੇ ਠੀਕ ਹੈ ਫਿਰ ਕਹਿੰਦਾ ਘਟ ਜਾਂਦਾ ਹੈ ਆਪਣਾ ਫਾਸ਼ਾਦਿੰਗੋਬੇਰੋ ਠੀਕ ਹੈ ਸੋ ਐਵੀਵੇਰੋ ਔਮੈਂਤਾ ਅਲੌਮੈਂਟਾਰੇ ਦਾਲੀਸਬਾਲਸੀ ਦੈਲ ਵੇਇਕੂਲੋ ਗੱਡੀ ਦੀ ਜੇਕਰ ਸਬਾਲਸੀ ਨੂੰ ਆਪਾਂ ਵਧਾ ਦਵਾਂਗੇ ਤੇ ਫਾਸ਼ਾਦਿੰਗੋਬੇਰੋ ਵੀ ਵੱਧ ਜਾਂਦਾ ਠੀਕ ਹੈ ਜੀ ਸੋ ਐਵੀਵੇਰੋ ਗੱਡੀ ਉਨੀ ਹੀ ਬਾਹਰ ਨੂੰ ਆ ਜੇਗੀ ਸੋ ਆਟੋਮੈਟਿਕਲੀ ਆਪਣਾ ਜਿਹੜਾ ਜਿਹੜਾ ਫਾਸ਼ਾਦਿੰਗ ਉਮਬਰਾ ਵੱਧ ਜੇਗਾ ਲੋ ਸਪਾzio ਇਨ ਲਾਰਗੇਟਜ਼ਾ ਕੇ ਇਲ ਵੇਈਕੋਲੋ ਓਕੂਪਾ ਸੁਸਟਰਾਦਾ ਰੇਟੇਲੀਨੀਆ ਸੋ ਕਹਿੰਦਾ ਜਿਹੜਾ ਫਾਸ਼ਾਦਿੰਗ ਉਮਬਰਾ ਹੁੰਦਾ ਇੱਕ ਐਸਾ ਸਪੇਸ ਏ ਇੱਕ ਐਸੀ ਜਗ੍ਹਾ ਹੈ ਜਿਹੜੀ ਚੌੜਾਈ ਵਿੱਚ ਹੁੰਦੀ ਹੈ ਜਿਹਨੂੰ ਗੱਡੀ ਓਕੂਪਾਈ ਕਰਦੀ ਹੈ ਗੱਡੀ ਬਿਜ਼ੀ ਕਰਦੀ ਆ ਸੁਸਟਰਾਦਾ ਰੇਟੇਲੀਨੀਆ ਇੱਕ ਐਸੀ ਸੜਕ ਤੇ ਜਿਹੜੀ ਸੜਕ ਸਿੱਧੀ ਹੁੰਦੀ ਆ ਠੀਕ ਹੈ ਜੀ ਸੋ ਫਾਲਸੋ ਹੋ ਜਾਂਦਾ ਕਿਉਂਕਿ ਸਿੱਧੀ ਸੜਕ ਤੇ ਨਹੀਂ ਉਹ ਕਰੋਨਾ ਹੁੰਦੀ ਕਰੋਨਾ ਸਰਕੂਲਾਰੇ ਹੁੰਦਾ ਹੈ ਠੀਕ ਹੈ ਜੀ ਸੋ ਉਸ ਤਰ੍ਹਾਂ ਦਾ ਰਿਤੇ ਲੀ ਨਹੀਂ ਆਇਆ ਇਸ ਕਰਕੇ ਫਾਲਸੋ ਹੋ ਜਾਂਦਾ ਆਉਮੈਂਟਾ ਸੇ ਇਲ ਵੇਇਕੋ ਲੋ ਐਡੋਟਾਟੋ ਦੀ ਪਿਊ ਆਸੀ ਸਟਰਜ਼ਾਂਤੀ ਕਹਿੰਦਾ ਵੱਧ ਜਾਂਦਾ ਜੇਕਰ ਗੱਡੀ ਵਿੱਚ ਲੱਗੇ ਹੋਏ ਨੇ ਜ਼ਿਆਦਾ ਐਕਸਲ ਜਿਨ੍ਹਾਂ ਨੂੰ ਮੋੜਿਆ ਜਾ ਸਕਦਾ ਫਾਲਸੋ ਐਸਾ ਕੁਝ ਵੀ ਨਹੀਂ ਹੈਗਾ ਸਿਰਫ ਆਉਤੋ ਸਟਰਜ਼ਾਂਤੇ ਤੇ ਆਪਣਾ ਜਿਹੜਾ ਪਿੱਛੇ ਵਾਲਾ ਜਿਹੜਾ ਕਰ ਹੋਏਗਾ ਆਸਾ ਜਗ੍ਹਾ ਜਗ੍ਹਾ ਪਿੱਛੇ ਵਾਲੇ ਆਸੇ ਤੇ ਆਉਤੋ ਸਟਰਜ਼ਾਂਤੇ ਲੱਗਾ ਹੋਇਆ ਫਿਰ ਇਹ ਘਟ ਜਾਏਗਾ ਠੀਕ ਹੈ ਜੀ ਸੋ ਐ ਫਾਲਸੋ ਨੋਨ ਦੇਵੇ ਐਸਰੇ ਸੁਪੀਰੀਓਰੇ alla larghezza del veicolo con il suo carico che la fascia di ingombro non deve essere superiore o zada nahi hona chahida chodai nalon gaddi di kon il suo carico jadaona samaan hai theek oh de samaan de nal chodai vichon zyada nahi hona chahida sofal so janda sabhi kuch nahi hai ga 151 apna complete 152 number page massa di un veicolo ek gaddi da wazan so chalo ji vadde hai apne pehle sawal te la massa in ordine di marcia Si ottiene sommando alla massa a vuoto del veicolo la massa convenzionale del conducente e la massa costituita del 90% del carburante contenuto nel serbatoio. So ithe apan vajan vare dasda pe normal La massa in ordine di marcia, de Si ottiene o sommando, giordde hoye kinnu ਮਾਸਾ ਅ ਵੂਟੋ ਦਲ ਵੇਹਿਕਲ ਕਾਲੀ ਗੱਡੀ ਹੋਂ ਤੇ ਜਿਹੜਾ ਵਜ਼ਨ ਹੋਏਗਾ ਉਹ ਵਾਲਾ ਲ ਮਾਸਾ ਕਨਵੈਂਸ਼ਨਾਲੇ ਦਲ ਕੰਡੂਚੈਂਤੇ ਡ੍ਰਾਈਵਰ ਦਾ ਵਜ਼ਨ ਜਿਹੜਾ ਹੋਏਗਾ ਲ ਮਾਸਾ ਕੋਸਟੀਟੂਈਤਾ ਦਲ 90% ਦਲ ਕਾਰਬੁਰਾਂਤੇ ਕੋਂਟੇਨੂਟੋ ਨੈਲ ਸਰਬਾਟੋਇਓ ਸਰਬਾਟੋਇਓ ਹੋਂਦਾ ਟੈਂਕੀ ਤੇ ਕਾਰਬੁਰਾਂਤੇ ਹੋਂਦਾ ਆਪਣਾ ਫਿਊਲ ਡੀਜ਼ਲ ਪੈਟਰੋਲ ਜੋ ਕਹਿਣਾ ਕਹਿ ਲੋ ਇਹਨੂੰ ਸੋ ਮਤਲਬ ਕਿ 90% ਉਸ ਤੇਲ ਦਾ ਵਜ਼ਨ ਜੋ ਕਿ ਗੱਡੀ ਦੇ ਟੈਂਕੀ ਚ ਪਿਆ ਉਹ ਵਾਲਾ ਤੇ ਨਾਲ ਡਰਾਈਵਰ ਦਾ ਵਜ਼ਨ ਤੇ ਖਾਲੀ ਗੱਡੀ ਦਾ ਵਜ਼ਨ ਇਹਨਾਂ ਸਾਰੇ ਨੂੰ ਮਿਲਾ ਕੇ ਜਿਹੜਾ ਵਜ਼ਨ ਮਿਲੇਗਾ ਆਪਾਂ ਨੂੰ ਉਹ ਹੋਏਗਾ ਮਾਸਾ ਇਨੋਰ ਦੀਨੇ ਦੀ ਮਾਰਚਾ ਠੀਕ ਹੈ ਤਾਰ ਰਾਜ ਨੂੰ ਗਾਂਗੇ ਸੋ ਐ ਵੀਰੋ ਲ ਮਾਸਾ ਕੰਪਲੇਸਿਵਾ ਆ ਪੀਨੋ ਕਾਰੀਕੋ ਐ ਲ ਮਾਸਾ ਮੈਕਸੀਮਾ ਔਥੋਰੀਜ਼ਾਤਾ ਐ ਕੋਰਿਸਪੋਂਦੇ ਅ ਲ ਤਾਰਾ ਪੀਉ ਇਲ ਕਾਰੀਕੋ ਉਟਿਲੇ ਸੋ ਇੱਥੇ ਕਹਿੰਦਾ ਵੀ ਮਾਸਾ ਮੈਕਸੀਮਾ ਕੰਪਲੇਸਿਵਾ ਉਹ ਵਾਲਾ ਹੁੰਦਾ ਫੁੱਲ ਹੋਣ ਤੇ ਜਿਹੜਾ ਆਪਾਂ ਹੁੰਦਾ ਵਜ਼ਨ ਜਿਹੜਾ ਹੁੰਦਾ ਉਹ ਉਹ ਵਾਲਾ ਹੁੰਦਾ ਜਿਹੜੇ ਵਜ਼ਨ ਦੀ ਇਜਾਜ਼ਤ ਦਿੱਤੀ ਹੁੰਦੀ ਹੈ ਤੇ ਮੇਲ ਖਾਂਦਾ ਹੈ ਉਸ ਸਮਾਨ ਨਾਲ ਕੋਰਿਸਪੋਂਦੇ ਮੇਲ ਖਾਂਦਾ ਅਲਾਤਾਰਾ ਪਿਊ ਇਲਕਾਰੀ ਕੋ ਉਤਿਲੇ ਮਤਲਬ ਕਿ ਜਿਹੜਾ ਸਮਾਨ ਆਪਾਂ ਲੈ ਕੇ ਜਾ ਸਕਦੇ ਆ ਉਹਦੇ ਬਾਰੇ ਦੱਸਦਾ ਪਿਆ ਵੀ ਉਹ ਆਪਸ ਵਿੱਚ ਮੇਲ ਖਾਣੇ ਚਾਹੀਦੇ ਨੇ ਠੀਕ ਹੈ ਜੀ ਸੋ ਇਹ ਵਜ਼ਨ ਜਿਹੜੇ ਹੋਣਗੇ ਇਹਨਾਂ ਬਾਰੇ ਦੱਸਦਾ ਪਿਆ ਜਿਹੜੇ ਵਜ਼ਨ ਦੀ ਅਥਾਰਟੀ ਹੈ ਉਹਦੇ ਨਾਲ ਮੇਲ ਖਾਂਦਾ ਹੋਵੇ ਜਿਹੜਾ ਵਜ਼ਨ ਆਪਾਂ ਲੈ ਕੇ ਜਾ ਰਹੇ ਆ ਉਹਨੂੰ ਕਿਹਾ ਜਾਂਦਾ ਮਾਸਾ ਕੰਪਲੀਸੀਵਾ ਅਪੀਨੋ ਕਾਰਿਕੋ ਸੋ ਇਹ ਵੇਰੋ ਵੱਧ ਅਗਲੇ ਸਵਾਲ ਤੇ ਲਾ ਪੋਰਤਾ ਤਾਂ ਰਪ੍ਰੈਜ਼ੈਂਟਾਤਾ ਇਲ ਕਾਰਿਕੋ ਮਾਸਿਮੋ ਟ੍ਰਾਂਸਪੋਰਟਾਬਿਲੇ ਦਾ ਉਨ ਵੇਹੀਕਲੋ ਅਦ ਐ ਇੰਟੇਗਾਤਾ ਸੋ ਲਾ ਕਾਰਤਾ ਸਰਕੂਲਾਸੀਓਨੇ ਕਹਿੰਦਾ ਪਰਤਾਤਾ ਬਾਰੇ ਦੱਸਦਾ ਪਿਆ ਕਹਿੰਦਾ ਪਰਤਾਤਾ ਦਿਖਾਇਆ ਗਿਆ ਹੁੰਦਾ ਸ਼ੋਅ ਕੀਤਾ ਗਿਆ ਹੁੰਦਾ ਜਿਹੜਾ ਮੈਕਸਿਮਮ ਸਮਾਨ ਜਿਹੜਾ ਆਪਾਂ ਟਰਾਂਸਪੋਰਟ ਕਰ ਸਕਦੇ ਆ ਟਰਾਂਸਪੋਰਟ ਕਰਨ ਯੋਗ ਹੈ ਟਰਾਂਸਪੋਰਟਾਬਿਲਿਆ ਜਿਹੜਾ ਇੱਕ ਗੱਡੀ ਵੱਲੋਂ ਇੰਡੀਕਾਤਾ ਸੁਲਾ ਕਰਤਾ ਚਰਕੂਲਾਸਿਓ ਨੇ ਉਹਨੂੰ ਇੰਡੀਕੇਟ ਕੀਤਾ ਜਾਂਦਾ ਆਪਣੀ ਲਿਬਰੇਟੋ ਉੱਤੇ ਕਰਤਾ ਚਰਕੂਲਾਸਿਓ ਨੇ ਉੱਤੇ ਠੀਕ ਹੈ ਜੀ ਸੋ ਐਵੇਰੋ ਮਾਸਾ ਕੰਪਲੇਸਿਵਾ ਆ ਪੀਨੋ ਕਾਰੀਕੋ ਨੋਨਾ ਇੰਡੀਕਾਤਾ ਨੇ ਲਾ ਕਾਰਤਾ ਦੇ ਚਰਕੂਲਾਸਿਓ ਨੇ ਅ ਮੈਕਸਿਮਮ ਜਿਹੜਾ ਆਪਣਾ ਕੁੱਲ ਮਲਾਕ ਜਿਹਨਾਂ ਵਜ਼ਨ ਹੋਏਗਾ ਉਹਨੂੰ ਕਹਿੰਦਾ ਇੰਡੀਕੇਟ ਨਹੀਂ ਇੰਡੀਕੇਟ ਕੀਤਾ ਹੁੰਦਾ ਕਰਤਾ ਦੇ ਸਰਕੂਲੇਸ਼ਨ ਨੇ ਉੱਤੇ ਫਾਲਸੋ ਹੁਣ ਇਹਨੇ ਪੜ ਕੇ ਟਾਈਮ ਉਹਨੂੰ ਇੰਡੀਕੇਟ ਕੀਤਾ ਹੁੰਦਾ ਲਮਾ ਸੈਨੋਰ ਦਿਨੇ ਦੀ ਮਾਰਚਾ ਕੰਬੀਆ ਸੇ ਇਲ ਵੈਕੂਰੋ ਪਰਕੋਰਰੇ ਉਨਾ ਸਟਰਾਡਾ ਇਨ ਫੋਰਤੇ ਪੈਂਡੈਂਜ਼ਾ ਕਹਿੰਦਾ ਜਿਹੜਾ ਵਜ਼ਨ ਹੈ ਇਨ ਓਰ ਦਿਨੇ ਦੀ ਮਾਰਚਾ ਉਹ ਬਦਲ ਜਾਂਦਾ ਜਿਹੜਾ ਸਫਰ ਦੌਰਾਨ ਜਿਹੜਾ ਆਪਣਾ ਵਜ਼ਨ ਹੋਏਗਾ ਉਹ ਬਦਲ ਜਾਂਦਾ ਜੇਕਰ ਗੱਡੀ ਇੱਕ ਫੋਰਤੇ ਪਿੰਦੇ ਸਾਂ ਦੇ ਟਲਦੀ ਵੀ ਇੱਕ ਝੁਕੀ ਹੋਈ ਸੜਕ ਤੇ ਚਲਦੀ ਵੀ ਇੱਕ ਟਲਾਨ ਵਾਲੀ ਸੜਕ ਤੇ ਚਲਦੀ ਵੀ ਸੋ ਫਾਲ ਅਗਲਾ ਸਵਾਲ ਲਾ ਮਾਸਾ ਕੰਪਲੇਸੀਵਾ ਆ ਪਿਆਨੋ ਕਾਰਿਕੋ ਐ ਇਕਵਿਵਲੈਂਟੇ ਅਲ ਵਲੋਰੇ ਦੇ ਲਾ ਤਾਰਾ ਮਲਟੀਪਲੀਕਾਟੋ ਪਰ 1.2 ਕਹਿੰਦਾ ਕੁੱਲ ਮਿਲਾ ਕੇ ਜਿਹੜਾ ਵਜ਼ਨ ਹੁੰਦਾ ਉਹ ਇਕਵਿਵਲੈਂਟੇ ਹੁੰਦਾ ਮਤਲਬ ਕਿ ਬਰਾਬਰ ਹੁੰਦਾ ਵਲੋਰੇ ਦੇ ਲਾ ਤਾਰਾ ਤਾਰਾ ਦੀ ਵੈਲਿਊ ਨਾਲ ਤੇ ਜਿੰਨੂੰ ਗੁਣਾ ਕੀਤਾ ਜਾਂਦਾ 1.2 ਨਾਲ ਸੋ ਫਾਲਸੋ ਐਸਾ ਕੁਝ ਵੀ ਨਹੀਂ ਹੈਗਾ ਆਪਾਂ ਹੁਣੇ ਉੱਤੇ ਪੜ ਕੇ ਹਟਿਆ ਦੋ ਲਾਈਨਾਂ ਵਿੱਚ ਠੀਕ ਹੈ ਇਹ ਵਾਲੀ ਲਾਈਨ ਤੇ ਇਹ ਵਾਲੀ ਲਾਈਨ ਵਿੱਚ ਆਪਾਂ ਦੱਸਿਆ ਹੋਇਆ ਮਾਸਾ complexico a pieno carico che honda te tarra che honda ਠੀਕ ਹੈ ਸੋ ਇਸ ਕਰਕੇ ਸਵਾਲ ਫਾਲਸੋ ਭਨ ਜਾਂਦਾ ਹੈ ਕਿਸੇ ਨਾਲ ਵੀ ਕਿਸੇ ਨੂੰ ਵੀ ਗੁਣਾ ਕਰਨ ਦੀ ਲੋੜ ਨਹੀਂ ਹੈਗੀ ਲਤਾਰਾ ਦੀਨ ਵੇਕਲੋ ਐ ਇਕਵਿਵਾਲੈਂਤੇ al suo carico utile ਕਹਿੰਦਾ ਤਾਰਰਾ ਬਰਾਬਰ ਹੁੰਦਾ ਉਹਦੇ ਕਾਰੀਕੋ ਉਤਿਲੇ ਜਿਹੜਾ ਕਾਰੀਕੋ ਪੋਰਟਾਤਾ ਹੁੰਦਾ ਉਹਦੇ ਬਰਾਬਰ ਹੁੰਦਾ ਫਾਲਸੋ ਤਾਰਰਾ ਹੋਰ ਚੀਜ਼ ਆ ਇਹ ਵਾਲਾ ਵਜ਼ਨ ਹੋਰ ਚੀਜ਼ ਆ ਤੇ ਕਾਰੀਕੋ ਉਤਿਲੇ ਹੋਰ ਚੀਜ਼ ਆ ਸੋ ਇਹ ਵੀ ਫਾਲਸੋ ਵੱਧਿਆ ਅਗਲੇ ਸਵਾਲ ਤੇ la portata è pari alla somma ਦੱਲੇ ਮਾਸੇ ਮੈਕਸੀਮੇ ਅਮਸੇ ਸੁੱਲੀ ਆਸੀ ਦੇ ਵਹੀਕਲੋ ਕਹਿੰਦਾ ਪੁਰਤਾਤਾ ਬਰਾਬਰ ਹੁੰਦਾ ਜਮਾ ਕਰਕੇ ਜੋੜ ਕਰਕੇ ਜਿਹੜੇ ਮਾਸੇ ਮਾਸੇ ਮੇ ਹੁੰਦੇ ਨੇ ਅਮਸੇ ਜਿਹੜੇ ਜਿੰਨਾਂ ਦੀ ਇਜਾਜ਼ਤ ਹੁੰਦੀ ਆ ਸੁੱਲੀ ਆਸੀ ਦਲ ਵਹੀਕਲੋ ਗੱਡੀ ਦੇ ਐਕਸਲ ਤੇ ਜਿੰਨਾ ਵਜ਼ਨ ਪਾਇਆ ਜਾਂਦੇ ਜਿਹੜੇ ਐਕਸਲਾਂ ਤੇ ਵਜ਼ਨ ਪਾਇਆ ਜਾਂਦੇ ਆ ਉਹ ਸਾਰਿਆਂ ਨੂੰ ਮਿਲਾ ਕੇ ਜਿੰਨਾ ਵਜ਼ਨ ਬਣੇਗਾ ਉਹ ਹੁੰਦਾ ਪੁਰਤਾਤਾ ਦੇ ਬਰਾਬਰ ਫਾਲਸੋ ਇਸਾ ਕੁਝ ਵੀ ਨਹੀਂ ਹੈਗਾ ਸੋ ਇਸ ਸਵਾਲ ਚ ਕਹਿੰਦਾ ਪੁਰਤਾਤਾ ਦੇ ਵਾਹਨ ਕੋਲ ਉਹ ਵਾਲਾ ਹੁੰਦਾ ਜਿਹੜਾ ਗੱਡੀ ਦੇ ਟਾਇਰਾਂ ਦੇ ਹਿਸਾਬ ਨਾਲ ਲਗਾਇਆ ਜਾ ਸਕਦਾ ਗੱਡੀ ਦੇ ਟਾਇਰਾਂ ਦੇ ਹਿਸਾਬ ਨਾਲ ਉਹਨੂੰ ਵੱਧ ਪਾਇਆ ਜਾ ਸਕਦਾ ਜਿੰਨਾ ਵੀ ਲਦਣਾ ਚਾਹੇ ਗੱਡੀ ਦੇ ਟਾਇਰਾਂ ਦੇ ਹਿਸਾਬ ਨਾਲ ਉਹਨਾਂ ਨੂੰ ਪਾਇਆ ਜਾ ਸਕਦਾ ਮਤਲਬ ਕਿ ਟਾਇਰਾਂ ਦੇ ਸਹਾਰੇ ਜਿੰਨਾ ਆਪਾਂ ਵਜ਼ਨ ਗੱਡੀ ਉ ਚਲਾ ਸਕਦੇ ਆ ਉਹ ਹੁੰਦਾ ਪੁਰਤਾਤਾ ਸੋ ਫਾਲਸੋ ਟਾਇਰਾਂ ਦਾ ਕੋਈ ਲੈਣ ਦੇਣਾ ਇਹਦੇ ਵਿੱਚ ਨਹੀਂ ਹੈਗਾ ਸੋ ਚੰਗਾ ਜੀ ਐਸੀ ਆਪਣੀ ਅੱਜ ਦੀ ਵੀਡੀਓ ਤੇ ਹੁਣ ਗੱਲ ਕਰਦੇ ਆ ਪਿਛਲੀ ਵੀਡੀਓ ਚ ਪੁੱਛੇ ਗਿਆ ਸਵਾਲ ਤੇ ਨਵੇਂ ਸਵਾਲ ਦੀ ਸੋ ਜੀ ਇੱਥੋਂ ਪੁੱਛਿਆ ਸੀ ਮੈਂ ਆਪਣਾ ਪਿਛਲਾ ਸਵਾਲ 115 ਨੰਬਰ ਪੇ ਤੇ ਉਸ ਗੱਡੀ ਦੇ ਵਿੱਚ ਜੇਕਰ ਤੁਸੀਂ ਕੋਨ ਤੋਂ ਪ੍ਰੋਪਰੀਅਰ ਵਿੱਚ ਲੈ ਕੇ ਜਾਣਦੇ ਹੋ ਮਤਲਬ ਕਿ ਤੁਹਾਡੀ ਆਪਣਾ ਸਮਾਨ ਨੂੰ ਲੈ ਕੇ ਜਾਣਦੇ ਹੋ ਤੁਹਾਡੇ ਕੋਲ ਫਾਤੂਰਾ ਵੀ ਹੋਣਾ ਚਾਹੀਦਾ ਉਸ ਸਮਾਨ ਨੂੰ ਖਰੀਦੇ ਹੋਏ ਦਾ ਠੀਕ ਹੈ ਜੀ ਸੋ ਫਾਲਸੋ ਐਸਾ ਕੁਝ ਕਰਨ ਦੀ ਲੋੜ ਨਹੀਂ ਹੈਗੀ ਸੋ ਐਸੀ ਸਾਡਾ ਪਿਛਲੇ ਵਾਲੇ ਪੁੱਛੇਗਾ ਸਵਾਲ ਹੁਣ ਗੱਲ ਕਰਦੇ ਹਾਂ ਸਾਡੇ ਅੱਜ ਦੇ ਸਵਾਲ ਦੀ ਸੋ ਜੀ ਹੈ ਮੇਰਾ ਅੱਜ ਦਾ ਸਵਾਲ ਇਨਕਾਜ਼ੋ ਦਿਨ ਗੋਮਬੇਰੋ ਦੈਲਾ ਕਾਰੇਜਾਤਾ ਫਰਾਵਾਰੀਆ ਦਲ ਵੈਇਕੋਲੋ ਇਲ ਕੋਂਡੂਚੇਂਤੇ ਦੇਵੇ ਸਪਿੰਜੇਰੇ ਇਲ ਵੈਇਕੋਲੋ ਸੈਸਸੋ ਫੋਰੀ ਦੈਲਾ ਕਾਰੇਜਾਤਾ ਓ ਸੇਚੋ ਨੋਨਾ ਪੋਸੀਬਿਲੇ ਦੇਵੇ ਕੋਲੋਕਾਰਲੋ ਸੂ ਆਪਣਾ ਜਵਾਬ ਮੈਨੂੰ ਕਮੈਂਟਾਂ ਚ ਵੇਰੋ ਦਾ ਵੀ ਤਫਾ ਸੁਦਾਫ ਇਹ ਦਿਨ ਨਾਲ ਤੁਹਾਨੂੰ ਦੱਸਦਾ ਕਿ ਸਾਡੇ ਵੱਲੋਂ ਰੋਜ਼ ਇੱਕ ਸਵਾਲ ਸਾਡੇ ਫੇਸਬੁਕ ਪੇਜ ਉੱਤੇ ਤੇ ਇੰਸਟਾਗ੍ਰam ਪੇਜ ਉੱਤੇ ਪੁੱਛਿਆ ਜਾਂਦਾ ਸਾਨੂੰ ਉੱਥੇ ਲਾਈਕ ਤੇ ਉੱਥੇ ਫੋਲੋ ਕਰਨਾ ਬਿਲਕੁਲ ਵੀ ਨਾ ਭੁੱਲੋ ਕਿਉਂਕਿ ਉੱਥੇ ਤੁਸੀਂ ਇਹ ਸਵਾਲਾਂ ਨਾਲੋਂ ਵੱਖਰੇ ਸਵਾਲ ਜਿਹੜੇ ਹਨ ਤੁਹਾਨੂੰ ਉੱਥੇ ਸੁਣਨ ਨੂੰ ਮਿਲਣਗੇ ਉੱਥੇ ਵੇਖਣ ਨੂੰ ਮਿਲਣਗੇ ਤਾਂ ਜੋ ਤੁਹਾਡੀ ਤਿਆਰੀ ਹੋਰ ਬਿਹਤਰ ਤਰੀਕੇ ਨਾਲ ਹੋ ਸਕੇ ਸੋ ਐਸੀ ਹੀ ਆਪਣੀ ਅੱਜ ਦੀ ਵੀਡੀਓ ਦਾ ਅੰਤ ਤੱਕ ਮਿਲਾਂਗੇ ਆਪ ਸਭ ਜੀ ਨੂੰ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਰਖਾ ਖਾ